ਹੈਲੋ ਜੀ, ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ, ਜਿਵੇਂ ਆਪਣੀ ਹੈ ਨਾ ਸ਼ੌਪ ਤੇ ਕੱਪੜਾ ਸੇਲ ਹੁੰਦਾ ਰਹਿੰਦਾ, ਬਹੁਤ ਜ਼ਿਆਦਾ ਕੱਪੜਾ ਸੇਲ ਹੋ ਰਿਹਾ ਕਿਉਂਕਿ ਹੁਣ ਗਰਮੀ ਦਾ ਸੀਜ਼ਨ ਹੈ ਨਾ, ਸਮਰ ਸੀਜ਼ਨ ਚੱਲ ਰਿਹਾ, ਉਹਦੇ ਹਿਸਾਬ ਨਾਲ ਬਹੁਤ ਜ਼ਿਆਦਾ ਕੱਪੜਾ ਸੇਲ ਹੋ ਰਿਹਾ। ਤੇ ਜਿਹੜੀ ਆਪਣੇ ਕੋਲੇ ਕੋਈ ਨਵੀਂ ਜੀ ਵੈਰਾਈਟੀ ਆਉਂਦੀ ਹੁੰਦੀ ਆ, ਉਹ ਆਪਾਂ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੁੰਦੇ ਹਾਂ। ਵੈਸੇ ਤਾਂ ਕੱਪੜਾ ਹਰ ਇੱਕ ਹਫ਼ਤੇ ਆਉਂਦਾ, ਤੇ ਜਿਹੜਾ ਹੈਗਾ ਸੇਲ ਵੀ ਹੋ ਜਾਂਦਾ ਜੀ, ਵਧੀਆ ਸੇਲ ਆਊਟ ਹੁੰਦਾ ਹੈਗਾ। ਬਹੁਤ ਬਹੁਤ ਭੈਣਾਂ ਦਾ ਧੰਨਵਾਦ ਵੀ ਕਰਦੇ ਹਾਂ ਵੀ ਵੀਡੀਓ ਨੂੰ ਵੀ ਇੰਨਾ ਜ਼ਿਆਦਾ ਪਿਆਰ ਦੇ ਰਹੇ ਨੇ, ਆਪਣੇ ਕੱਪੜੇ ਨੂੰ ਵੀ ਬਹੁਤ ਜ਼ਿਆਦਾ ਪਸੰਦ ਕਰ ਰਹੀਆਂ ਨੇ ਭੈਣਾਂ। ਸਾਡੀ ਇੰਸਟਾਗ੍ਰਾਮ ਆਈ ਡੀ ਹੈਗੀ ਜੀ, ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰਾਮ ਆਈ ਡੀ ਹੈ। ਉਹਦੇ 'ਤੇ ਵੀ ਤੁਸੀਂ ਜਿਹੜਾ ਹੈਗਾ ਸਾਨੂੰ ਮੈਸੇਜ ਕਰਕੇ ਕੋਈ ਗੱਲਬਾਤ ਪੁੱਛ ਸਕਦੇ ਹੋ। ਆਪਾਂ ਜਿਹੜੇ ਹੈਗੇ ਤੁਹਾਡੇ ਕੋਰੀਅਰ ਕਰਾ ਦਾਂਗੇ। ਜਿਹੜਾ ਤੁਹਾਨੂੰ ਸੂਟ ਪਸੰਦ ਹੋ ਉਹਦਾ ਤੁਸੀਂ ਸਕਰੀਨਸ਼ੌਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ, ਅਤੇ ਜਿਹੜੇ ਹੈਗੇ ਸਸਤੇ ਰੇਟਾਂ 'ਚ ਪੂਰਾ ਵਧੀਆ ਆਪਣਾ ਕੱਪੜਾ ਹੋਊਗਾ ਜੀ। ਉਹ ਆਪਾਂ ਹੁਣ ਸਟਾਰਟ ਕਰਦੇ ਹਾਂ ਤੁਹਾਡੇ ਨਾਲ ਵੀਡੀਓ ਬਣਾਉਣੀ। ਆਹ ਦੇਖੋ, ਇਹ ਜਿਹੜੇ ਹੈਗੇ ਨੇ ਜੀ ਮਸਲੀਨ ਕੋਟਨ ਦਾ ਸੂਟ ਹੈਗਾ, ਬਹੁਤ ਵਧੀਆ ਕੱਪੜਾ ਹੈਗਾ, ਬਹੁਤ ਵਧੀਆ ਕੱਪੜਾ ਹੈਗਾ, ਪੋਲਾ ਪੋਲਾ ਜਿਹਾ। ਦੇਖੋ ਮਸਲੀਨ ਕੋਟਨ ਦੇ ਸੂਟ ਨੇ ਹੈਗੇ, ਕੋਟਨ ਦੇ ਜੀ ਨੇ ਜੀ, ਮਸਲੀਨ ਕੋਟਨ ਦੇ ਨੇ, ਵਧੀਆ ਵਾਲੀ ਕੋਟਨ ਹੈ। ਇਹ ਜਿਹੜੇ ਹੈਗੇ ਸਾਡੇ ਕੋਲ ਦੋ ਦੋ ਸੂਟ ਹੀ ਆ, ਅਤੇ ਜਲਦੀ ਤੋਂ ਜਲਦੀ ਔਡਰ ਕਰਿਓ ਕਿਉਂਕਿ ਇਹਦੇ ਵਿੱਚ ਦੋ ਸੂਟ ਹੀ ਆਉਂਦੇ ਆ, ਦੋ ਦੋ ਸੂਟ ਹੀ ਆਉਂਦੇ ਆ, ਉਹੀ ਸਾਡੇ ਕੋਲ ਹੈਗੇ ਆ। ਤੁਸੀਂ ਜਲਦੀ ਤੋਂ ਜਲਦੀ ਜਿਹੜੇ ਹੈਗੇ ਔਡਰ ਕਰਿਓ ਕਿਉਂਕਿ ਸੇਲ ਆਊਟ ਹੋ ਜਾਂਦੇ ਆ ਜੀ ਬਹੁਤ ਜਲਦੀ। ਤੁਸੀਂ ਇੱਥੋਂ ਸਕਰੀਨਸ਼ੌਟ ਲੈ ਸਕਦੇ ਹੋ, ਮੈਂ ਤੁਹਾਨੂੰ ਇਕੱਲਾ ਇਕੱਲਾ ਕਲਰ ਦਿਖਾਵਾਂਗੀ। ਆ ਦੇਖੋ, ਇਹ ਮਸਟਰਡ ਕਲਰ ਆ ਗਿਆ, ਇਹ ਵਾਲੇ ਜਿਹੜੇ ਹੈਗੇ ਇਹਨਾਂ ਦੇ ਕਲਰ ਹੈਗੇ ਜੀ। ਇਹ ਦੇਖੋ, ਇਹ ਕਰੀਮ ਕਲਰ ਦੇ ਵਿੱਚ ਆ ਗਿਆ, ਬਹੁਤ ਸੋਹਣਾ ਪ੍ਰਿੰਟ ਹੈਗਾ ਆ। ਇਹ ਜਿੱਦਾਂ ਇਹ ਕੱਪੜਾ ਜ਼ਿਆਦਾ ਪ੍ਰੈਸ ਨਹੀਂ ਭਾਲਦਾ ਜੀ, ਜਿੱਦਾਂ ਕੈਮਰਿਕ ਕੋਟਨ ਹੁੰਦੀ ਹੈ ਹੈ ਨਾ, ਉਹਦਾ ਥੋੜ੍ਹਾ ਜਿਹਾ ਪ੍ਰੈਸ ਜ਼ਿਆਦਾ ਭਾਲਦੀ ਹੈ, ਅਤੇ ਇੱਕ ਆਪਣੀ ਹਿੱਪ ਤੋਂ ਬਹੁਤ ਜਲਦੀ ਉਹ ਫਟ ਜਾਂਦੀ ਹੈ। ਇਹ ਕੋਈ ਪ੍ਰੈਸ ਨਹੀਂ ਭਾਲਦਾ ਹੈਗਾ ਕੱਪੜਾ, ਬਹੁਤ ਜ਼ਿਆਦਾ ਸੋਹਣਾ ਕੱਪੜਾ ਕੂਲ ਆ। ਆਹ ਦੇਖੋ, ਇਹਨਾਂ ਦੇ ਕੰਨੀਆਂ 'ਤੇ ਦੇਖੋ ਮੋਹਰਾਂ ਲੱਗੀਆਂ ਹੋਈਆਂ ਨੇ। ਇਹ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਜੀ। ਜੇ ਤੁਸੀਂ ਇੱਕ ਸੂਟ ਲੈਣਾ ਤਾਂ 550 ਦਾ ਜੀ, ਜੇ ਦੋ ਲਵੋਂਗੇ ਤਾਂ 1050 ਰੁਪਏ ਦੇ ਦੇਵਾਂਗੇ। ਜਿਹੜਾ ਹੈਗਾ ਕੋਰੀਅਰ ਦਾ ਜਿਹੜਾ ਖਰਚਾ ਹੋਏਗਾ ਉਹ ਤੁਹਾਨੂੰ ਦੱਸ ਦੇਵਾਂਗੇ ਤੁਸੀਂ। ਅਸੀਂ ਉੱਪਰ ਸਕਰੀਨ ਦੇ ਉੱਪਰ ਆਪਣਾ ਨੰਬਰ ਦੇਵਾਂਗੇ, ਉਹਦੇ 'ਤੇ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ। ਪਲੀਜ਼ ਜਿਹੜੇ ਨੇ ਹੈ ਨਾ ਕਿਸੇ ਨੇ ਲੈਣੇ ਨੇ ਕੱਪੜੇ, ਅਸੀਂ ਰੇਟ ਨਾਲ ਦੀ ਨਾਲ ਦੱਸ ਰਹੇ ਹਾਂ, ਰੇਟ ਜਿਹੜਾ ਹੈਗਾ ਅਸੀਂ ਨਾਲ ਦੀ ਨਾਲ ਦੱਸ ਰਹੇ ਹਾਂ ਜੀ, ਕਿਉਂਕਿ ਜਿਹੜਾ ਤੁਸੀਂ ਲੈਣਾ ਹੈਗਾ ਹੈ ਨਾ ਤਾਂ ਮੈਸੇਜ ਕਰਿਓ। ਬਾਕੀ ਵਿੱਚ ਐਂ ਹੁੰਦਾ ਜੀ ਪੁੱਛ ਕੇ ਬਸ ਜਿਹੜਾ ਹੈਗਾ ਲੈਣਾ ਹੁੰਦਾ ਨਹੀਂ ਹੈਗਾ ਹੈ ਨਾ, ਉਹਦੇ ਕਰਕੇ ਸਾਡਾ ਟਾਈਮ ਖਰਾਬ ਹੁੰਦਾ ਜੀ। ਟਾਈਮ ਬਿਲਕੁਲ ਜਿਹੜਾ ਹੈਗਾ ਆਪਣੇ ਕੋਲ ਹੁੰਦਾ ਨਹੀਂ ਹੈਗਾ, ਬਹੁਤ ਘੱਟ ਟਾਈਮ ਹੈ ਕਿਉਂਕਿ ਸਾਡਾ ਸਿਲਾਈ ਦਾ ਵੀ ਕੰਮ ਹੈ, ਬਾਕੀ ਆਪਾਂ ਨੂੰ ਸ਼ੌਪ 'ਤੇ ਵੀ ਕੰਮ ਬਹੁਤ ਜ਼ਿਆਦਾ ਰਹਿੰਦਾ। ਰੇਟ ਅਸੀਂ ਹਰ ਇੱਕ ਚੀਜ਼ ਦਾ ਨਾਲ ਦੱਸਾਂਗੇ, ਤੁਸੀਂ ਧਿਆਨ ਨਾਲ ਸੁਣਿਓ ਕਿਉਂਕਿ ਬਾਅਦ 'ਚੋਂ ਫਿਰ ਪੁੱਛੇ ਜਾਂਦੇ ਆ ਕਿ ਕੀ ਰੇਟ ਹੈ ਕੀ ਰੇਟ ਹੈ। ਅਸੀਂ ਰੇਟ ਤੁਹਾਨੂੰ ਦੱਸ ਰਹੇ ਹਾਂ ਜੀ, ਇਹ 550 ਦਾ ਇੱਕ ਸੂਟ ਹੈ ਜੀ। ਆਹ ਦੇਖੋ, ਬਹੁਤ ਹੀ ਵਧੀਆ ਕੱਪੜਾ ਹੈਗਾ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਕੱਪੜਾ ਪੂਰਾ ਵਧੀਆ ਹੈਗਾ। ਇਹਨਾਂ ਦੇ ਜਿਹੜੇ ਹੈਗੇ ਪ੍ਰਿੰਟ ਦਿਖਾਉਂਗੀ ਮੈਂ ਤੁਹਾਨੂੰ ਸਾਰਿਆਂ ਦੇ, ਅਤੇ ਜਿਹੜਾ ਹੈਗਾ ਆਹ ਦੇਖੋ ਇਹ ਬੰਦ ਹੈਗਾ ਆ, ਇਹ ਵੀ ਮੈਂ ਤੁਹਾਨੂੰ ਖੋਲ੍ਹ ਕੇ ਦਿਖਾ ਦਿੰਦੀ ਹਾਂ ਕਿਉਂਕਿ ਵਿੱਚ ਕਿਸੇ ਦੇ ਇੱਕ ਸੂਟ ਪੀਗਾ ਜੀ, ਨਹੀਂ ਦੋ ਦੋ ਸੂਟਾਂ ਦੀ ਜਿਹੜੀ ਹੈਗੀ ਕੱਟ ਹੈਗੀ ਸੀਗੀ, ਅਤੇ ਸਾਰੇ ਦੋ ਦੋ ਸੂਟਾਂ ਦੀ ਕੱਟ ਹੈਗੀ ਆ। ਆਹ ਦੇਖੋ ਬਰੀਕ ਬੂਟੀ 'ਚ ਕਿੰਨਾ ਸੋਹਣਾ ਜਿਹੜਾ ਹੈਗਾ ਪ੍ਰਿੰਟ ਹੈਗਾ ਆ, ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ, ਬਲਿਊ ਕਲਰ ਦਾ, ਡਾਰਕ ਬਲਿਊ ਕਲਰ ਦਾ ਹੈਗਾ ਆ। ਤੁਸੀਂ ਇੱਥੋਂ ਸਕਰੀਨਸ਼ੌਟ ਲੈ ਸਕਦੇ ਹੋ, ਦੋ ਸੂਟ ਤੁਹਾਨੂੰ 1050 ਦੇ ਦੇਵਾਂਗੇ ਜੀ। ਆਹ ਦੇਖੋ, ਇਹ ਤਾਂ ਇੱਧਰ ਇਹਨਾਂ ਨਾਲ ਦਾ ਆ ਗਿਆ ਮੈਚਿੰਗ। ਆਹ ਦੇਖੋ
ਸਾਰੇ ਕਲਰ ਜਿਹੜੇ ਹੈਗੇ ਮੈਂ ਤੁਹਾਨੂੰ, ਲਾਈਟ ਕਲਰ ਵੀ ਹੈਗੇ ਆ ਅਤੇ ਡਾਰਕ ਕਲਰ ਵੀ ਹੈਗੇ ਆ। ਇਹ ਜਿੱਦਾਂ ਲਾਈਟ ਆ ਗਏ ਹੈ ਨਾ, ਵਿੱਚ ਲਾਈਟ ਵੀ ਰੱਖੇ ਹੋਏ ਆਪਣੇ ਮਾਈਆਂ ਵਾਸਤੇ। ਇਹ ਇੱਕ ਇਹਦਾ ਕੈਮਰਿਕ ਕੋਟਨ ਦਾ ਆ ਗਿਆ ਜੀ, ਇਹ ਪੀਸ ਵਿੱਚ ਹੈ, ਰੇਟ ਇਹੀ ਲੱਗੂਗਾ। ਆ ਦੇਖੋ ਬਾਕੀ ਜਿਹੜੇ ਹੈਗੇ ਨੇ ਮਸਲੀਨ ਕੋਟਨ ਦੇ ਸੂਟ ਹੈਗੇ ਆ ਜੀ, ਮਸਲੀਨ ਕੋਟਨ ਦੇ ਨੇ। ਇੱਕ ਜਿਹੜੀ ਰੇਸ਼ਮੀ ਮਸਲੀਨ ਹੁੰਦੀ ਆ ਉਹ ਅਲੱਗ ਹੁੰਦੀ ਆ। ਤੁਸੀਂ ਜਿਹੜਾ ਹੈਗਾ ਸਾਰਾ ਕੁਛ ਵਟਸਐਪ 'ਤੇ ਸਾਡੇ ਨਾਲ ਮੈਸੇਜ ਕਰਕੇ ਪੁੱਛ ਕੇ ਫੇਰ ਖਰੀਦ ਸਕਦੇ ਹੋ ਜੀ, ਜਾਂ ਤੁਸੀਂ ਸਾਡੀ ਸ਼ੋਪ 'ਤੇ ਆ ਕੇ ਵੀ ਕੱਪੜਾ ਖਰੀਦ ਸਕਦੇ ਹੋ। ਅਸੀਂ ਤਾਂ ਜ਼ਿਆਦਾਤਰ, ਕਿਉਂਕਿ ਜ਼ਿਆਦਾ ਭੈਣਾਂ ਦੇ ਕਮੈਂਟ ਆਉਂਦੇ ਆ ਕਿ ਅਸੀਂ ਮੰਗਵਾਉਣਾ ਕੱਪੜਾ, ਅਸੀਂ ਮੰਗਵਾਉਣਾ ਇਸ ਤਰ੍ਹਾਂ ਭੇਜੋ, ਅਸੀਂ ਤਾਂ ਜਿਹੜਾ ਹੈਗਾ ਕਹਿੰਦੇ ਹਾਂ ਜੀ ਤੁਸੀਂ ਦੁਕਾਨ 'ਤੇ ਆ ਕੇ ਤਸੱਲੀ ਕਰਕੇ ਕੱਪੜਾ ਖਰੀਦੋ, ਹੈ ਨਾ। ਕਿਉਂਕਿ ਆਪਾਂ ਕਦੇ ਕਿਸੇ ਨੂੰ ਜਿਹੜਾ ਹੈਗਾ ਗੁੰਮਰਾਹ ਨਹੀਂ ਕਰਦੇ ਹੈਗੇ ਵੀ ਜਿਹੜੀ ਚੀਜ਼, ਕਿਉਂਕਿ ਐਂ ਨਹੀਂ ਪਤਾ ਜੀ ਅਸੀਂ ਦੱਸੀਏ ਸਹੀ ਦੱਸੀਏ, ਅਗਲਾ ਸਮਝਣ ਵਾਲਾ ਕੁਛ ਹੋਰ ਸਮਝੇ, ਹੈ ਨਾ। ਅਤੇ ਉਹ ਤੁਹਾਡੀ ਮਰਜ਼ੀ ਹੈ, ਜੇ ਤੁਹਾਡਾ ਵਿਸ਼ਵਾਸ ਹੈਗਾ ਤੁਸੀਂ ਲੈ ਸਕਦੇ ਹੋ, ਨਹੀਂ ਵਿਸ਼ਵਾਸ ਹੈਗਾ ਨਾ ਲੈ ਨਾ ਲਓ ਜੀ। ਇਹ ਆਪਣੇ ਹੈਗੇ ਜੀ ਮੈਚਿੰਗ ਸੂਟ, ਆ ਦੇਖੋ ਮੈਚਿੰਗ ਸੂਟ ਹੈਗੇ ਆ ਇਹ ਵਾਲੇ ਆਪਣੇ। ਇਹ ਵਾਲੀ ਬੋਟਮ ਹੈਗੀ, ਹਲਕਾ ਪ੍ਰਿੰਟ ਤੁਹਾਨੂੰ ਦਿਖਦਾ ਹੋਊਗਾ ਬੋਟਮ ਦੇ ਵਿੱਚ ਹੈਗਾ, ਇਹ ਸ਼ਰਟ ਦੇ ਵਿੱਚ ਹੈਗਾ। ਇਹ ਜਿਹੜੇ ਹੈਗੇ ਮਿਕਸ ਜਿਹੇ ਸੂਟ ਹੈਗੇ ਆ ਜੀ, ਮਸਲੀਨ ਕੋਟਨ ਦੇ ਸੂਟ ਨੇ, ਥੋੜ੍ਹੇ ਜਿਹੇ ਜਿਵੇਂ ਆਪਾਂ ਕਹਿ ਲਈਏ ਵਧੀਆ ਵਾਲੇ ਹੈਗੇ ਨੇ। ਇਹ ਵੀ ਦੇਖੋ, ਆ ਦੇਖੋ ਇਹ ਮੈਚਿੰਗ ਸੂਟ ਆ, ਦੇਖੋ ਹਲਕਾ ਪ੍ਰਿੰਟ। ਇਹ ਸਲਵਾਰ ਹੈਗੀ, ਇਹ ਕਮੀਜ਼ ਹੈ, ਆ ਦੇਖੋ ਇਸ ਤਰ੍ਹਾਂ ਹੈਗਾ ਇਹ ਸੂਟ। ਇਹ ਵੀ ਲਾਈਟ ਗ੍ਰੇ ਕਲਰ ਆ ਗਿਆ ਜੀ, ਲਾਈਟ ਗ੍ਰੇ ਆ ਗਿਆ, ਜਿਵੇਂ ਆਪਾਂ ਸਮਿੰਟ ਕਲਰ ਜਾਂ ਕਹਿ ਦਈਏ ਉਹ ਵਾਲਾ ਕਲਰ ਹੈਗਾ। ਅਤੇ ਇਹਨਾਂ ਦਾ ਜਿਹੜਾ ਹੈਗਾ ਰੇਟ ਉਸ ਤੋਂ 50 ਰੁਪਏ ਜ਼ਿਆਦਾ ਜੀ। ਇਹ 600 ਦਾ ਸੂਟ ਹੈ ਜੀ ਇੱਕ, ਆ ਦੇਖੋ 600 ਦਾ ਸੂਟ ਹੈ। ਜੇ ਤੁਸੀਂ ਦੋ ਲਵੋਗੇ ਤਾਂ ਤੁਹਾਨੂੰ ਅਸੀਂ 1150 ਦੇ ਦੇਵਾਂਗੇ ਜੀ। ਇਹ ਇਹਦੀ ਸਲਵਾਰ ਹੈਗੀ, ਦੇਖੋ ਇਹ ਕਮੀਜ਼ ਹੈਗਾ ਆ, ਇਹ ਸਲਵਾਰ ਹੈਗੀ। ਕਿਉਂਕਿ ਦੇਖੋ ਮੈਂ ਨੇੜੇ ਕਰਕੇ ਦਿਖਾਉਣੀ ਹੈ, ਸਲਵਾਰ ਦੇ ਵਿੱਚ ਵੀ ਪ੍ਰਿੰਟ ਹੈਗਾ ਆ, ਪ੍ਰਿੰਟ ਹੈਗਾ ਇਹਨਾਂ ਦਾ। ਪ੍ਰਿੰਟ ਹੀ ਜਿਹੜੇ ਹੈਗੇ ਬਹੁਤ ਜ਼ਿਆਦਾ ਸੋਹਣੇ ਆ ਜੀ। ਇੱਕ ਇਹ ਨਹੀਂ ਹੁੰਦਾ ਕਿ ਕੱਪੜਾ ਆਪਾਂ ਨੂੰ ਇੰਨੇ ਦਾ ਮਿਲਦਾ ਇੰਨੇ ਦਾ ਮਿਲਦਾ ਜੀ, ਬਾਕੀ ਪ੍ਰਿੰਟ 'ਤੇ ਵੀ ਬਹੁਤ ਵੱਡੀ ਗੱਲ ਹੁੰਦੀ ਆ। ਦੇਖੋ ਮੈਂ ਨਾਲ ਨਾਲ ਸਲਵਾਰ ਵੀ ਦਿਖਾਵਾਂਗੀ, ਕਿਉਂਕਿ ਸਾਡੇ ਪ੍ਰਿੰਟ ਜਿਹੜੇ ਹੈਗੇ ਨੇ ਅਲੱਗ ਹੁੰਦੇ ਆ, ਬਿਲਕੁਲ ਅਲੱਗ ਹੁੰਦੇ ਆ ਸਾਡੇ ਪ੍ਰਿੰਟ, ਕਦੇ ਕਿਸੇ ਨਾਲ ਜਿਹੜੇ ਹੈਗੇ ਮੈਚ ਨਹੀਂ ਕਰਦੇ ਹੈਗੇ। ਜਿੱਦਾਂ ਸਾਡਾ ਕੱਪੜਾ ਹੋਰ ਮਿੱਲਾਂ 'ਚੋਂ ਆਉਂਦਾ ਜੀ, ਜਿਹੜੇ ਮਿੱਲਾਂ 'ਚੋਂ ਸਾਡਾ ਕੱਪੜਾ ਆਉਂਦਾ ਉਹਨਾਂ ਦਾ ਕੱਪੜਾ ਜਿਹੜਾ ਹੈਗਾ ਬਹੁਤ ਅਲੱਗ ਜਿਹਾ ਹੀ ਹੁੰਦਾ, ਅਲੱਗ ਜਿਹੇ ਪ੍ਰਿੰਟ ਹੁੰਦੇ ਆ। ਆਹ ਦੇਖੋ ਕਿੰਨਾ ਸੋਹਣਾ ਕਲਰ ਹੈ, ਡਾਰਕ ਗ੍ਰੇ ਕਲਰ ਹੈ ਜੀ। ਇਹ ਆ ਗਿਆ ਜੀ ਪੇਠੀਆ ਜਿਹਾ ਕਲਰ, ਜਿਵੇਂ ਆਪਾਂ ਕਹਿ ਲਈਏ, ਆਹ ਦੇਖੋ ਪੇਠੀਆ ਜਿਹਾ ਕਲਰ ਆ ਗਿਆ ਇਹ ਵਾਲਾ, ਥੋੜ੍ਹਾ ਜਿਹਾ ਲਾਈਟ ਹੀ ਹੈ। ਇਹ ਕਮੀਜ਼ ਹੈਗਾ, ਇਹਦਾ ਡਿਜ਼ਾਇਨ ਇਸ ਤਰ੍ਹਾਂ ਬਣਿਆ ਹੋਇਆ ਜਿੱਦਾਂ ਕਿ ਸਿਮਰ ਦੇ ਡਿਜ਼ਾਇਨ ਆਉਂਦੇ ਆ। ਦੇਖੋ ਮੈਂ ਨੇੜੇ ਕਰਕੇ ਕੈਮਰਾ ਦਿਖਾਉਂਗੀ, ਇਹਦਾ ਡਿਜ਼ਾਇਨ ਇਸ ਤਰ੍ਹਾਂ ਬਣਿਆ ਹੋਇਆ ਜਿੱਦਾਂ ਕਿ ਸਿਮਰ ਦਾ ਡਿਜ਼ਾਇਨ ਹੁੰਦਾ, ਵੈਸੇ ਹੈ ਨਹੀਂ ਸਿਮਰ ਹੈਗੀ ਜੀ, ਕੋਟਨ ਹੀ ਹੈਗੀ ਇਹ। ਦੇਖੋ ਇਹ ਆ ਗਿਆ ਇਹਦੇ 'ਚ, ਕਿਉਂਕਿ ਆਪਣੇ ਕੋਲ ਦੋ ਦੋ ਸੂਟ ਹੈਗੇ ਜੀ, ਜਲਦੀ ਕਰਿਓ ਥੋੜ੍ਹਾ ਜਿਹਾ, ਹੈ ਨਾ। ਇਹ ਦੇਖੋ ਇਹ ਬਰਾਊਨ ਕਲਰ ਦੀ ਜਿਹੜੀ ਹੈਗੀ ਬੋਟਮ ਆ ਗਈ, ਪ੍ਰਿੰਟ ਹਰ ਇੱਕ ਸਲਵਾਰ ਦੇ ਵਿੱਚ ਮਿਲੂਗਾ ਤੁਹਾਨੂੰ ਪ੍ਰਿੰਟ। ਆਪਣੇ ਕੋਲ ਥੋੜ੍ਹੇ ਜਿਹੇ ਸੂਟ ਆਏ ਨੇ ਜੀ ਇਹ ਵਾਲੇ, ਚਲੋ ਆਪਾਂ ਦਿਖਾ ਦਿੰਦੇ ਹਾਂ। ਵੈਸੇ ਤਾਂ ਸਾਡੇ ਇਹ ਇੱਥੇ ਸੇਲ ਹੋ ਗਏ ਆ ਸ਼ੋਪ ਦੇ ਉੱਪਰ, ਆਪਣੇ ਕੋਲ ਥੋੜ੍ਹੇ ਜਿਹੇ ਸੂਟ ਬਚੇ ਨੇ, ਆਹੀ ਦੋ ਕਲਰ ਬਚੇ ਆ, ਕਿਉਂਕਿ ਇਹ 6-6 ਸੂਟਾਂ ਦਾ ਸੈੱਟ ਹੁੰਦਾ ਜੀ। ਆਪਣੇ ਕੋਲ 4-5 ਕੁ ਸੂਟ ਬਚੇ ਹੋਏ ਆ, ਉਹ ਜੇ ਕਿਸੇ ਨੇ ਲੈਣੇ ਹੋਏ ਉਹ ਵੀ ਲੈ ਸਕਦਾ। ਇਹ ਦੇਖੋ ਆਡੀ ਕੋਟਨ ਦੇ ਸੂਟ ਹੈਗੇ ਆ ਜੀ, ਇਹ ਵੀ ਬਹੁਤ ਜ਼ਿਆਦਾ ਸੋਹਣਾ ਕੱਪੜਾ। ਦੇਖੋ ਨਾਲ ਨਾਲ ਜਿਹੜੀ ਹੈਗੀ ਉੱਪਰ ਮੋਹਰ ਲੱਗੀ ਹੁੰਦੀ ਹੈ, ਆਡੀ ਕੋਟਨ ਦੇ ਜਿਹੜੇ ਹੈਗੇ ਸੂਟ ਹੈਗੇ ਆ ਜੀ, ਬਹੁਤ ਸੋਹਣਾ ਕੱਪੜਾ ਹੈਗਾ ਇਹ। ਇਹ ਜਿਹੜਾ ਹੈਗਾ ਸੂਟ ਹੈਗਾ ਜੀ
650 ਦਾ, 650-700 ਦਾ, ਜਿਹੜਾ ਹੈਗਾ ਬਾਹਰੋਂ 900-900 ਦੇ ਸੂਟ ਇਹ ਵਾਲੇ ਮਿਲਦੇ ਆ। ਬਾਕੀ ਇੱਕ ਹੋਰ ਗੱਲ ਹੈ ਜੀ, ਇਹ 900-900 ਦੇ ਸੂਟ ਮਿਲਦੇ ਆ ਬਾਜ਼ਾਰ ਦੇ ਵਿੱਚੋਂ, ਜਿਹੜੇ ਅਸੀਂ ਇਹ ਸੂਟ ਦਿਖਾਏ ਆ ਤੁਹਾਨੂੰ ਇਹ 800-900 ਦਾ ਹੀ ਇਹ ਮਿਲਦਾ। ਜਿਹੜੇ ਇਹ ਵਾਲੇ ਸੂਟ ਦਿਖਾਏ ਜੀ 700-800 ਰੁਪਏ ਦੀ ਰੇਂਜ 'ਚ ਇਹ ਵਾਲੇ ਸੂਟ ਮਿਲਦੇ ਨੇ, ਕਿਉਂਕਿ ਆਪਣਾ ਸਿਲਾਈ ਦਾ ਕੰਮ ਹੈ, ਅਸੀਂ ਸਿਲਾਈ ਕਰਦੇ ਹਾਂ। ਸਾਡੇ ਕੋਲ ਜਿਹੜੇ ਹੈਗੇ ਨੇ ਬਾਹਰੋਂ ਵੀ ਹੈ ਨਾ ਕੱਪੜੇ ਆਉਂਦੇ ਆ, ਜਦੋਂ ਕਿਤੇ ਕਿਸੇ ਨੇ ਹੋਰ ਕਿਤੋਂ ਵੀ ਖਰੀਦੇ ਹੁੰਦੇ ਨੇ, ਬਾਜ਼ਾਰ ਵਗੈਰਾ 'ਚੋਂ ਖਰੀਦੇ ਹੁੰਦੇ ਨੇ, ਉਹਨਾਂ ਤੋਂ ਜਿਹੜਾ ਰੇਟ ਵਗੈਰਾ ਦਾ ਪਤਾ ਲੱਗਦਾ। ਬਹੁਤ ਜ਼ਿਆਦਾ ਮਹਿੰਗਾ ਜਿਹੜਾ ਹੈਗਾ ਰੇਟ ਦੇ ਸੂਟ ਆ ਰਹੇ ਨੇ ਜੀ। ਬਾਕੀ ਆਪਣੇ ਕੋਲ ਹੁੰਦੇ ਨੇ ਜੀ ਦੁਪੱਟਾ ਸੂਟ, ਆਹ ਦੇਖੋ ਆਪਾਂ ਇੱਕ ਸੂਟ ਤੁਹਾਨੂੰ ਜਿਹੜਾ ਹੈਗਾ ਖੋਲ੍ਹ ਕੇ ਦਿਖਾ ਦਾਂਗੇ। ਇਹ ਜਿਹੜੇ ਹੈਗੇ ਨੇ ਇਹ ਇਸ ਤਰ੍ਹਾਂ ਹੈਗਾ, ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਪ੍ਰਿੰਟ ਬਣਿਆ। ਦੇਖੋ ਮੈਂ ਫੋਟੋ ਦਿਖਾ ਦਾਂਗੀ ਤੁਹਾਨੂੰ, ਆਹ ਦੇਖੋ ਪ੍ਰਿੰਟਡ ਜਿਹੜਾ ਹੈਗਾ ਦੁਪੱਟਾ ਹੈਗਾ, ਸਾਫ ਸਲਵਾਰ ਹੈ ਜਿਹਦੇ ਵਿੱਚ, ਪਲੇਨ ਸਲਵਾਰ ਹੈ, ਮੈਚਿੰਗ ਸੂਟ ਹੈਗਾ ਆ। ਇਹਨਾਂ ਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ, ਆਹ ਦੇਖੋ ਇਸ ਤਰ੍ਹਾਂ ਹੀ ਫੁੱਲ ਪਿਓਰ ਦਾ ਦੁਪੱਟਾ ਹੈਗਾ, ਜਿੱਦਾਂ ਕਮੀਜ਼ ਦੇ ਵਿੱਚ ਪ੍ਰਿੰਟ ਹੈ ਉੱਦਾਂ ਹੀ ਦੁਪੱਟੇ ਦੇ ਵਿੱਚ ਪ੍ਰਿੰਟ ਹੈ। ਇਹ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ, ਇਹਦਾ ਰੇਟ ਹੈਗਾ ਜੀ 950 ਰੁਪਇਆ, 950 ਦਾ ਜਿਹੜਾ ਹੈਗਾ ਇਹ ਸੂਟ ਹੈਗਾ ਆ, ਇਹ ਵੀ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ। ਇਹਦਾ ਇੱਕ ਕਲਰ ਇਹ ਸੀਗਾ ਜੀ, ਇਹ ਵੀ ਬਹੁਤ ਸੋਹਣਾ ਕੱਪੜਾ ਗਰਮੀਆਂ ਵਾਲਾ। ਅਤੇ ਆਹ ਦੇਖੋ ਇਹਦੇ ਜਿਹੜੇ ਹੈਗੇ, ਇਹਦੇ 'ਚ ਤੁਹਾਨੂੰ 4 ਸੂਟ ਸਾਡੇ ਕੋਲੋਂ ਮਿਲ ਜਾਣਗੇ। ਇਹ ਵਾਲੇ ਅਲੱਗ ਅਲੱਗ ਡਿਜ਼ਾਇਨ ਪ੍ਰਿੰਟ ਦੇ ਮਿਲਣਗੇ। ਇਹ ਆਪਣੇ ਕੋਲ ਆ ਗਿਆ ਜੀ, ਇਹ ਵੀ ਉਹੀ ਚੀਜ਼ ਆ ਗਈ, ਇਹ ਥੋੜ੍ਹਾ ਜਿਹਾ ਕੱਪੜਾ ਹੋਰ ਆ ਗਿਆ ਜੀ, ਇਹ ਕੱਪੜਾ ਹੋਰ ਆ ਗਿਆ, ਸਾਫ ਸਲਵਾਰ ਹੈ ਇਹਦੇ ਵਿੱਚ ਵੀ। ਆ ਦੇਖੋ ਆਪਣੇ ਜਿਹੜੇ ਹੈਗੇ ਦੇਸੀ ਕੱਪੜੇ ਨਹੀਂ ਹੁੰਦੇ, ਇਕੱਲੇ ਇਕੱਲੇ 'ਤੇ ਜਿਹੜਾ ਹੈਗਾ ਉਹਨਾਂ ਦਾ ਲੱਗਿਆ ਹੁੰਦਾ ਸਟਿੱਕਰ ਵਗੈਰਾ, ਇਹਦੇ ਵਿੱਚ ਵੀ ਪ੍ਰਿੰਟਡ ਦੁਪੱਟਾ ਹੈਗਾ। ਦੇਖੋ ਜਿੱਦਾਂ ਉਹ ਲਾਈਟ ਚਾਰਟ ਆ ਗਏ ਅਤੇ ਥੋੜ੍ਹਾ ਜਿਹਾ ਡਾਰਕ ਆ ਗਿਆ, ਇਹ ਵੀ ਤੁਸੀਂ ਸਾਡੇ ਤੋਂ ਸੇਮ ਰੇਟ ਹੈ ਇਹਨਾਂ ਦਾ, 950 ਰੁਪਇਆ ਜਿਹੜਾ ਰੇਟ ਹੈਗਾ। ਪੂਰੇ ਵਧੀਆ ਦੁਪੱਟੇ ਨੇ ਜੀ, ਬੜੇ ਸਾਈਜ਼ ਦੇ ਫੁੱਲ ਸਾਈਜ਼ ਦੇ ਇਹਨਾਂ 'ਚ ਦੁਪੱਟੇ ਹੈਗੇ ਆ। ਇੱਕ ਆਪਣੇ ਕੋਲ ਆਏ ਨੇ ਜੀ ਇਹ ਵਾਲੇ ਸੂਟ, ਇਹ ਜਿਹੜੇ ਹੈਗੇ ਕੋਟਨ ਦੁਪੱਟਾ ਵਾਲੇ ਸੂਟ ਨੇ, ਇਹ ਕੋਟਨ ਦੁਪੱਟਾ ਵਾਲੇ ਸੂਟ ਨੇ, ਆਰੀ ਵਰਕ ਹੋਇਆ ਹੋਇਆ। ਦੇਖੋ ਇਹ ਵੀ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ। ਆਹ ਦੇਖੋ ਨੀਚੇ ਜਿਹੜਾ ਹੈਗਾ ਆਰੀ ਵਰਕ ਹੋਇਆ ਹੋਇਆ, ਪਲੇਨ ਇਹਦੇ ਵਿੱਚ ਸਲਵਾਰ ਹੈ, ਕੋਟਨ ਦਾ ਹੀ ਦੁਪੱਟਾ, ਕੋਟਨ ਤੋਂ ਥੋੜ੍ਹਾ ਜਿਹਾ ਵਧੀਆ ਹੁੰਦਾ ਜਿਵੇਂ ਆਪਾਂ ਮਸਲੀਨ ਕੋਟਨ ਕਹਿ ਦਈਏ, ਪਿਓਰ ਮਸਲੀਨ ਨਹੀਂ ਹੈਗੀ ਜੀ। ਕਈ ਵਾਰੀ ਫਿਰ ਭੈਣਾਂ ਹੈ ਨਾ ਕਹਿਣਗੀਆਂ ਕਿ ਪਿਓਰ ਮਸਲੀਨ ਨਹੀਂ ਹੈਗੀ। ਦੇਖੋ ਡਿਜੀਟਲ ਪ੍ਰਿੰਟ ਹੋਇਆ ਹੋਇਆ, ਮੈਂ ਸੂਟ ਕਰਕੇ ਦਿਖਾਵਾਂਗੀ। ਦੇਖੋ ਗਰਮੀ ਵਾਲੀ ਬਹੁਤ ਸੋਹਣੀ ਆਈਟਮ ਹੈ ਜੀ, ਇਸ ਤਰ੍ਹਾਂ ਜਿਹੜਾ ਹੈਗਾ ਇਹ ਵਾਲਾ ਸੂਟ ਹੈਗਾ ਜੀ, ਇਸ ਤਰ੍ਹਾਂ ਦੁਪੱਟੇ ਫੁੱਲ ਸਾਈਜ਼ ਦੇ ਨੇ। ਇਹ ਜਿਹੜਾ ਹੈਗਾ ਡਾਰਕ ਗ੍ਰੇਜ ਆ ਕਲਰ ਆ ਗਿਆ, ਨਾ ਤਾਂ ਆਪਾਂ ਇਹਨੂੰ ਨੀਲਾ ਕਹਿ ਸਕਦੇ ਹਾਂ, ਥੋੜ੍ਹਾ ਜਿਹਾ ਬਲੈਕ ਵਾਂਗੂ ਡਾਰਕ ਗ੍ਰੇਜ ਆ, ਕਾਰਬਨ ਕਲਰ ਜਾ, ਇਹ ਇਹਦੇ 'ਚ ਵਾਈਨ ਕਲਰ ਆ ਗਿਆ। ਆਹ ਦੇਖੋ ਉੱਪਰ ਫੋਟੋ ਲੱਗੀ ਹੋਈ ਹੈ, ਵਾਈਨ ਕਲਰ ਦਾ ਸੂਟ ਆ ਗਿਆ। ਇੱਕ ਆਪਣੇ ਕੋਲ ਇਹ ਵਾਲੇ ਸੂਟ ਹੁੰਦੇ ਨੇ ਜੀ, ਕਿਉਂਕਿ ਇਹਨਾਂ ਨਾਲ ਦੀ ਵਰਾਇਟੀ ਤੁਹਾਨੂੰ ਸਾਡੇ ਕੋਲੋਂ ਮਿਲ ਜੂਗੀ ਅਲੱਗ ਅਲੱਗ। ਆਹ ਦੇਖੋ ਇੱਕ ਆਪਣੇ ਕੋਲ ਇਹ ਵਾਲੇ, ਇਹ ਕੈਮਰਿਕ ਕੋਟਨ ਦਾ ਸੂਟ ਹੈਗਾ ਜੀ। ਆਹ ਦੇਖੋ ਜਿੱਦਾਂ ਕਿ ਇਹ ਆ ਗਿਆ ਮੂਰਲਾ ਪਾਸਾ, ਆਪਾਂ ਕਹਿ ਲਈਏ ਮੂਰਲਾ ਪਾਸਾ ਆ ਗਿਆ, ਫਲਾਵਰ ਬਣਿਆ ਹੋਇਆ, ਉੱਪਰ ਜਿਹੜਾ ਹੈਗਾ ਹਲਕਾ ਹਲਕਾ ਥਰੈੱਡ ਵਰਕ ਹੋਇਆ ਹੋਇਆ। ਦੇਖੋ ਮੈਂ ਨੇੜੇ ਕਰਕੇ ਦਿਖਾਵਾਂਗੀ, ਛਿੱਪੀ ਵਰਕ ਅਤੇ ਥਰੈੱਡ ਵਰਕ ਹੋਇਆ ਹੋਇਆ, ਇਹਦੇ ਵਿੱਚ ਵੀ ਹੋਇਆ ਹੋਇਆ ਹਲਕਾ ਹਲਕਾ ਜਿਹਾ ਥਰੈੱਡ ਵਰਕ ਹੋਇਆ ਹੋਇਆ, ਜ਼ਿਆਦਾ ਨਹੀਂ। ਲਾਈਟ ਵੇਟ ਜਿਹੜੇ ਹੈਗੇ ਇਹ ਸੂਟ ਹੈਗੇ ਆ, ਉੱਦਾਂ ਹੀ ਮਗਰ ਲਾ ਘੇਰਾ ਹੈਗਾ। ਇਹਨਾਂ ਦੇ ਦੁਪੱਟੇ ਵੀ ਕੋਟਨ ਦੇ ਹੈਗੇ ਆ, ਪਲੇਨ ਇਹਨਾਂ ਦੀ ਸਲਵਾਰ ਹੈਗੀ ਹੈ ਜੀ। ਆਹ ਦੇਖੋ ਦੁਪੱਟਾ ਵੀ ਜਿਹੜਾ ਪਿਓਰ ਕੋਟਨ ਦਾ ਦੁਪੱਟਾ ਹੈਗਾ, ਇੱਕ ਵਾਰੀ ਮੈਂ ਤੁਹਾਨੂੰ ਦੁਪੱਟਾ ਵੀ ਚੈੱਕ ਕਰਵਾ ਦਾਂਗੀ।
ਆ ਦੇਖੋ ਜੀ ਇਹ ਵਾਲਾ ਜਿਹੜਾ ਹੈਗਾ ਦੁਪੱਟਾ ਦੇਖੋ ਪੀਕੋ ਹੋਈ ਹੋਈ ਹੈ, ਕੰਨੀਆਂ ਦੇ ਉੱਪਰ ਪੀਕੋ ਹੋਈ ਹੋਈ ਹੈ, ਇਹ ਨਹੀਂ ਹੈਗਾ ਵੀ ਤਾਂ ਅੱਗੇ ਨਿਕਲਣਗੇ। ਆ ਦੇਖੋ ਇਹ ਵਾਲਾ ਜਿਹੜਾ ਹੈਗਾ ਇਹਦਾ ਸੂਟ ਹੈਗਾ ਆ ਇਸ ਤਰ੍ਹਾਂ, ਇਹ ਜਿੱਦਾਂ ਨਾਲ ਮੈਚ ਕਰਦੇ ਦੁਪੱਟੇ ਹੈਗੇ ਆ ਪਲੇਨ, ਇਹਦੇ ਵਿੱਚ ਸਲਵਾਰਾਂ ਮਿਲਣਗੀਆਂ। ਇਹ ਸੂਟ ਵੀ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਜੀ। ਇਹਨਾਂ ਦਾ ਜਿਹੜਾ ਹੈਗਾ ਰੇਟ ਹੈਗਾ ਜੀ 850 ਰੁਪਇਆ। ਇਹ ਕੋਟਨ ਦੁਪੱਟੇ ਦੇ ਵਿੱਚ ਤੁਹਾਨੂੰ ਸਾਡੇ ਕੋਲ ਬਹੁਤ ਵਰਾਇਟੀ ਮਿਲ ਜੂਗੀ, 550 ਤੋਂ ਸ਼ੁਰੂ ਹੋ ਕੇ ਹੈ ਨਾ, 450 ਦੇ, 550 ਦੇ, ਜਿਵੇਂ ਦੇਣ ਲੈਣ ਜੇ ਵਾਲੇ ਹੁੰਦੇ ਆ ਉਹ 350-350 ਦੇ ਵੀ ਹੈਗੇ ਆ, ਅਤੇ ਜਿਹੜੇ ਵਧੀਆ ਵਾਲੀ ਕੈਮਰਿਕ ਕੋਟਨ ਦੇ ਨੇ 850-850 ਰੁਪਏ ਦੇ ਸੂਟ ਨੇ ਜੀ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ। ਅਤੇ ਪਿਓਰ ਦੁਪੱਟਾ ਦਾ ਜਿਹੜਾ ਹੈਗਾ ਅਲੱਗ ਅਲੱਗ ਰੇਟ ਹੈਗਾ। ਬਾਕੀ ਆਪਣੇ ਕੋਲ ਹੁੰਦੇ ਨੇ ਜੀ ਕੋਟਾ ਡੋਰੀਆ ਦੇ ਦੁਪੱਟੇ, ਆਹ ਦੇਖੋ ਜਿਹੜੇ ਹੈਗੇ ਓਰੀਜਨਲ ਕੋਟਾ ਡੋਰੀਆ, ਇਹ ਆਪਣੇ ਕੋਲ ਥਾਣ ਹੀ ਹੈ ਦੇਖੋ, ਅਸੀਂ ਕੱਟ ਕੇ ਹੀ ਦਿੰਦੇ ਹਾਂ, ਇੱਥੇ ਥਾਣ ਹੀ ਮੰਗਵਾਉਣੇ ਹੁੰਦੇ ਆ, ਕਿਉਂਕਿ ਕਿਸੇ ਨੇ ਲੈਣਾ ਹੁੰਦਾ ਜੀ 2.5 ਮੀਟਰ ਦਾ ਦੁਪੱਟਾ, ਕਿਸੇ ਨੇ ਲੈਣਾ ਹੁੰਦਾ 2.25 ਦਾ, ਜਿੱਦਾਂ ਤੁਸੀਂ ਦੁਪੱਟਾ ਲੈਣਾ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ। 200 ਦਾ ਜਿਹੜਾ ਹੈਗਾ ਜੀ 2.25 ਮੀਟਰ ਦਾ ਦੁਪੱਟਾ ਆਪਾਂ ਦੇਵਾਂਗੇ 200 ਰੁਪਏ ਦਾ, ਜੇ ਤੁਸੀਂ 2.5 ਮੀਟਰ ਲੈਂਦੇ ਹੋ ਤਾਂ 230 ਰੁਪਏ ਦਾ ਜੀ। ਇਹ ਵੀ ਤੁਸੀਂ ਦੁਪੱਟੇ ਸਾਡੇ ਤੋਂ ਮੰਗਵਾ ਸਕਦੇ ਹੋ। ਆਹ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਹੈਗਾ ਕੋਟਾ ਡੋਰੀ ਹੈ, ਵਧੀਆ ਵਾਲਾ ਬਿਲਕੁਲ ਓਰੀਜਨਲ ਕੋਟਾ ਡੋਰੀ ਹੈਗਾ, ਇਹ ਸੋਫਟ ਸੋਫਟ ਇਹ ਡਾਈਏਬਲ ਦੁਪੱਟੇ ਨੇ। ਆਹ ਦੇਖੋ ਜਿਵੇਂ ਸਾਡੇ ਕਟਿੰਗ ਕਰਕੇ ਰੱਖੇ ਹੁੰਦੇ ਆ, ਵਿੱਚ 2.25 ਦੇ ਵੀ ਰੱਖੇ ਹੁੰਦੇ, 2.5 ਦੇ ਵੀ, ਜਿੱਦਾਂ ਕੋਈ ਕਾਲੀ ਵਾਲਾ ਆ ਗਿਆ ਚਲੋ ਇੱਦਾਂ ਦੇ ਵੀ ਦਿੰਦੇ ਹਾਂ, ਬਾਕੀ ਅਸੀਂ ਕਟਿੰਗ ਕਰੇ ਬਗੈਰ ਹੀ ਰੱਖਦੇ ਹਾਂ, ਵੀ ਚਲੋ ਜਿਵੇਂ ਲੋੜ ਹੈ ਅਗਲੇ ਨੂੰ ਦੇ ਦਾਂਗੇ ਜੀ। ਇਹ ਆਪਣੇ ਕੋਲ ਆ ਗਿਆ ਜੀ ਮੰਜਿਆਂ ਦਾ ਕੱਪੜਾ, ਇਹ ਦੇਖੋ ਇੱਕ ਜਿਹੜਾ ਹੈਗਾ ਲੈਣਾ ਜੀ ਵਾਲਾ ਮੰਜਿਆਂ ਵਾਲਾ ਕੱਪੜਾ ਹੁੰਦਾ, ਸਾਰੀਆਂ ਭੈਣਾਂ ਨੇ ਦੇਖੇ ਉਹ ਸਸਤਾ ਹੁੰਦਾ ਜੀ, 100 ਰੁਪਏ ਦਾ ਹੁੰਦਾ ਉਹ ਇੱਕ ਮੰਜੇ ਦਾ ਕੱਪੜਾ, 200 ਰੁਪਏ ਦਾ 2 ਮੰਜਿਆਂ ਦਾ ਹੁੰਦਾ, ਉਹ ਜਿਹੜਾ ਚੜ੍ਹਦਾ ਵੀ ਖਿੱਚ ਕੇ ਜੇ ਉਹਦੀ ਕੱਟ ਕੱਟੀ ਹੁੰਦੀ ਹੈਗੀ ਹੈ ਨਾ, ਅਤੇ ਜਿਹੜਾ ਹੈਗਾ ਉਹ ਬਿਲਕੁਲ ਬਹੁਤ ਛੇਤੀ ਉਹਦੇ ਵਿੱਚ ਜਿਹੜੀ ਹੈਗੀ ਗਲੀਆਂ ਵੀ ਹੋ ਜਾਂਦੀਆਂ, ਬਹੁਤ ਛੇਤੀ ਫਟਦਾ ਉਹਦੇ ਨਾਲ, ਆਪਾਂ ਸਸਤਾ ਲੈ ਲੈਂਦੇ ਹਾਂ ਸਸਤਾ ਬਹੁਤ ਛੇਤੀ ਫਟ ਜਾਂਦਾ। ਅਤੇ ਇਹ ਸਾਡੇ ਕੋਲ ਜਿਹੜਾ ਹੈਗਾ ਵਧੀਆ ਵਾਲਾ ਮੰਜੇ ਦਾ ਕੱਪੜਾ ਹੁੰਦਾ ਨਰੋਆ, ਇਹ ਬਿਲਕੁਲ ਨਹੀਂ ਫਟਦਾ, ਬਹੁਤ ਜਿਹੜਾ ਹੈਗਾ ਸਾਲ ਲਾ ਜਾਂਦਾ, ਦੇਖੋ ਲੱਫਦਾ ਹੈਗਾ, ਜਿਵੇਂ ਮਰਜ਼ੀ ਤੁਸੀਂ ਮੰਜਿਆਂ 'ਤੇ ਚੜ੍ਹਾ ਸਕਦੇ ਹੋ। ਆਪਣੇ ਕੋਲ 2 ਮੇਲ ਦਾ ਹੁੰਦਾ ਜੀ, ਆ ਦੇਖੋ ਮੈਂ ਪੂਰਾ ਵੱਡਾ ਜਿਹੜਾ ਹੈਗਾ ਆਪਾਂ ਕਾਫੀ ਜਿਹੜਾ ਹੈਗਾ ਲੈਂਟੀ ਜਿਹਾ ਹੀ ਲਿਆਉਂਦਾ ਸੀਗਾ, ਥਾਣ ਵੱਡਾ ਹੀ ਥਾਣ ਲਿਆਉਂਦਾ ਸੀਗਾ, ਇਹ ਦੇਖੋ ਇੱਥੋਂ ਵੀ ਮੈਂ ਹੁਣੇ ਕਿਸੇ ਨੂੰ ਕੱਟ ਕੇ ਦਿੱਤੇ ਆ, ਅਤੇ ਇਹ ਇਸ ਤੋਂ ਵੀ ਜ਼ਿਆਦਾ ਵਧੀਆ ਹੈਗਾ। ਇਹ ਜਿਹੜਾ ਹੈਗਾ ਜੀ 300 ਰੁਪਏ ਦਾ ਜੋੜਾ, ਇਹ ਜਿਹੜਾ ਹੈਗਾ ਜੀ 400 ਰੁਪਏ ਦਾ ਜੋੜਾ, ਇਹ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ। ਇਹ ਪੂਰਾ ਵਧੀਆ ਵਾਲਾ, ਇਹ ਐਂ ਨਹੀਂ ਹੈਗਾ, ਦੇਖੋ ਕੁਆਲਿਟੀ ਚੈੱਕ ਕਰੋ, ਇਹਦੇ 'ਚ ਹਲਕਾ ਆਉਂਦਾ, 100 ਰੁਪਏ ਦਾ ਮੰਜਿਆਂ ਦਾ ਕੱਪੜਾ ਵੀ ਆਉਂਦਾ, 200 ਰੁਪਏ ਦਾ ਜੋੜਾ, ਅਤੇ 300 ਦਾ ਵੀ ਆਉਂਦਾ, 400 ਦਾ ਵੀ ਆਉਂਦਾ, 500 ਦਾ ਵੀ ਆਉਂਦਾ ਜੀ। ਇਸ ਤੋਂ ਉੱਪਰ ਵੀ ਇੱਕ ਮੰਜਿਆਂ ਦਾ ਕੱਪੜਾ ਆ ਰਿਹਾ, ਉਹ ਅਸੀਂ ਨਹੀਂ ਲੈ ਕੇ ਆਏ, ਇਹ ਜਿਨ੍ਹਾਂ ਨੂੰ ਅਸੀਂ ਉਰੇ ਦਿੱਤਾ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕਰਿਆ, ਦੁਆਰਾ ਦੁਆਰਾ ਕਹਿ ਕੇ ਮੰਗਵਾਇਆ ਇਹ ਵਾਲਾ ਕੱਪੜਾ, ਅਤੇ ਇਹ ਫਟਦਾ ਨਹੀਂ ਹੈਗਾ ਜੀ ਕਾਫੀ, ਨਾ ਤਾਂ ਇਹਦੇ ਕੋਈ ਗਲੀਆਂ ਹੁੰਦੀਆਂ ਨੇ, ਨਾਲੇ ਬਹੁਤ ਵਧੀਆ ਜਿਹੜਾ ਹੈਗਾ ਖੁੱਲ੍ਹਾ ਡੁੱਲਾ ਚੜ੍ਹਦਾ ਮੰਜੇ 'ਤੇ, ਬਹੁਤ ਵਧੀਆ ਲੱਫ ਕੇ ਜਿੰਨਾ ਮਰਜ਼ੀ ਲਿਫਾ ਲਓ, ਕਿਉਂਕਿ ਜਦੋਂ ਵਧੀਆ 'ਚ ਹੁੰਦਾ ਦੇਖੋ ਆਪਾਂ ਜਿੰਨਾ ਮਰਜ਼ੀ ਲਿਫਾ ਲਈਏ ਇਹਨੂੰ, ਜਿੱਡੇ ਮਰਜ਼ੀ ਮੰਜੇ 'ਤੇ ਚੜਵਾ ਲਓ ਤੁਸੀਂ, 3.5 ਮੀਟਰ 'ਚੋਂ ਜਿਹੜਾ ਹੈਗਾ 2 ਮੰਜਿਆਂ 'ਤੇ ਚੜ੍ਹ ਜਾਂਦਾ ਜੀ, ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਕਟਵਾ ਕੇ ਲੈ ਸਕਦੇ ਹੋ ਜਿੰਨਾ ਮਰਜ਼ੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਮੰਜਿਆਂ ਦਾ ਕੱਪੜਾ, ਕਿਉਂਕਿ ਕਿਸੇ ਦਾ ਮੰਜਾ ਛੋਟਾ ਹੁੰਦਾ, ਕਿਸੇ ਦਾ ਮੰਜਾ ਵੱਡਾ ਹੁੰਦਾ ਜੀ, ਕਈ ਬਗੈਰ ਬਗੈਰ ਦੌਣਾ ਤੋਂ ਹੁੰਦੇ ਨੇ ਕਈ ਭੈਣਾਂ ਦੇ ਮੰਜੇ ਹੈ ਨਾ, ਉਹਨਾਂ 'ਤੇ ਜਿਹੜਾ ਹੈਗਾ 2 ਮੀਟਰ ਕੱਪੜਾ ਲੱਗ ਜਾਂਦਾ ਇੱਕ ਮੰਜੇ 'ਤੇ, ਉਹ ਜਿਹੜਾ ਹੈਗਾ ਅਲੱਗ ਅਲੱਗ ਹਿਸਾਬ ਹੁੰਦਾ, ਤੁਸੀਂ ਆਪਦਾ ਮੰਜਾ ਮਿਣ ਕੇ ਵੀ ਲਿਆ ਸਕਦੇ ਹੋ ਹੈ ਨਾ, ਵੀ ਜਿੰਨਾ ਕੁ ਤੁਹਾਨੂੰ ਚਾਹੀਦਾ, ਇਹ ਤੁਸੀਂ ਗਦੈਲਿਆਂ 'ਤੇ ਵੀ ਚੜ੍ਹਾ ਸਕਦੇ ਹੋ ਕੱਪੜਾ, ਵਧੀਆ ਵਾਲਾ ਹੁੰਦਾ ਇਹ।
ਚਲੋ ਜੀ, ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ। ਅਗਰ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਹੈ ਕੌਰ ਸੰਧੂ ਵਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰਾਮ ਆਈਡੀ ਹੈ। ਜਿਵੇਂ ਮੇਰੇ ਭੈਣਾਂ ਨੇ ਔਡਰ ਵਗੈਰਾ ਕਰਨੇ ਨੇ ਅਸੀਂ ਉੱਪਰ ਨੰਬਰ ਦੇਵਾਂਗੇ, ਤੁਸੀਂ ਉਹਦੇ 'ਤੇ ਸਾਨੂੰ ਕਰ ਸਕਦੇ ਹੋ। ਜਿਹੜਾ ਹੈਗਾ ਤੁਹਾਡਾ ਕੋਰੀਅਰ ਤੁਹਾਡੇ ਘਰ ਪਹੁੰਚ ਜਾਊਗਾ। ਜਿਹੜਾ ਤੁਸੀਂ ਸਾਡੇ ਤੋਂ ਕੁਛ ਵੀ ਸੂਟ ਵਗੈਰਾ ਖਰੀਦਣਾ ਚਾਹੁੰਦੇ ਹੋ ਖਰੀਦ ਸਕਦੇ ਹੋ ਜੀ। ਕਿਉਂਕਿ ਬਹੁਤ ਭੈਣਾਂ ਦੇ ਕਮੈਂਟ ਸੀਗੇ ਜਿਹੜੇ ਬੜਾ ਪਿਆਰ ਕਰਦੇ ਆ, ਹੈ ਨਾ, ਪੱਕਾ ਆਪਣੀ ਵੀਡੀਓ ਵਾਚ ਕਰਦੇ ਆ, ਉਹਨਾਂ ਦੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਸੀਗੇ ਕਿ ਅਸੀਂ ਦੀਦੀ ਤੁਹਾਡੇ ਤੋਂ ਸੂਟ ਲੈਣਾ ਚਾਹੁੰਦੇ ਹਾਂ, ਕਿੱਦਾਂ ਮੰਗਵਾਈਏ। ਹੁਣ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਜੀ। ਤੁਸੀਂ ਆਪਣਾ ਜਿਹੜਾ ਹੈਗਾ ਐਡਰੈਸ ਵਗੈਰਾ ਦੇ ਦਿਓ, ਤੁਹਾਡੇ ਘਰ ਕੱਪੜੇ ਜਿਹੜੇ ਹੈਗੇ ਪਹੁੰਚ ਜਾਣਗੇ। ਉੱਪਰ ਅਸੀਂ ਨੰਬਰ ਦੇਵਾਂਗੇ ਆਪਣਾ, ਉਹਦੇ 'ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਜਾਂ ਸਾਨੂੰ ਇੰਸਟਾਗ੍ਰਾਮ 'ਤੇ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਤੁਹਾਨੂੰ ਜਿਹੜਾ ਹੈਗਾ ਹਰ ਇੱਕ ਮੈਸੇਜ ਦਾ ਰਿਪਲਾਈ ਮਿਲੂਗਾ ਜੀ। ਬਾਕੀ ਤੁਸੀਂ ਸਾਡੇ ਨਾਲ ਕਮੈਂਟਾਂ 'ਚ ਜ਼ਰੂਰ ਦੱਸਿਓ ਤੁਹਾਨੂੰ ਕੀ ਚੀਜ਼ ਚਾਹੀਦੀ ਹੈ, ਕਿਵੇਂ ਦੀਆਂ ਵੀਡੀਓ ਚਾਹੀਦੀਆਂ ਨੇ, ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਜੀ। ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਜਵਾਨ ਜੈ ਕਿਸਾਨ, ਸਦਾ ਖੁਸ਼ ਰਹੋ ਜੀ।